अपनी गड्डी लेके प्रोविंस तो बाहर घूमन जाना होवे तां गड्डी दी इंश्योरेंस बारे तुहाडे मन विच कुछ सवाल हो सकते हैं। कुछ सवालों के जवाब देने लई अज मेरे नाल ICBC दे हारवी कूनर हन। हैलो हारवी, इत्थे आउण दा शुक्रिया। शुक्रिया जी। ए दसो, जे मैं अपनी गड्डी लेके BC तो बाहर घूमन जावां तां की मेरी इंश्योरेंस मैनू कवर करेगी? हाँ जी, थोड़ी इंश्योरेंस तुहानू पूरे कनेडा विच अते अलास्का हवाई दे नाल नाल पूरे अमरीका विच कवर करदी है, पर मैक्सिको जां दुनिया दे होर हिस्सियां विच तुहानू कवर नहीं करदी। फर्ज़ करो कि कोई सैन फ्रांसिस्को गया होवे अते उसका एक्सीडेंट हो जावे, तां उसनू की करना चाहिदा है? जे कनेडा जां अमरीका विच किते वी तुहाडा एक्सीडेंट हो जावे तां बस ICBC डायल क्लेम दा टोल फ्री नंबर ते कॉल करो 1-800-910-4222। ਤੁਹਾਡੀ ਮਦਦ ਕਰਨ ਲਈ ਅਸੀਂ ਦਿਨ ਦੇ 24 ਘੰਟੇ ਅਤੇ ਹਫ਼ਤੇ ਦੇ 7 ਦਿਨ ਹਾਜ਼ਰ ਹਾਂ। ਐਕਸੀਡੈਂਟ ਤੋਂ ਬਾਅਦ ਜੇ ਗੱਡੀ ਚਲਾਉਣ ਯੋਗ ਹਾਲਤ 'ਚ ਨਾ ਰਹੇ ਤਾਂ ਕੀ ਹੋਵੇਗਾ? ਘਰ ਸੁਰੱਖਿਅਤ ਵਾਪਸ ਪਹੁੰਚਣ ਵਿੱਚ ਤੁਹਾਡੀ ਮਦਦ ਲਈ ਸਾਡਾ ਡਾਇਰੈਕਟ ਕਲੇਮ ਸਟਾਫ ਮੌਜੂਦ ਹੈ। ਅਸੀਂ ਚੈੱਕ ਕਰਾਂਗੇ ਕਿ ਕੀ ਤੁਸੀਂ ਰੈਂਟਲ ਵਹੀਕਲ ਜਾਂ ਟੋਇੰਗ ਵਰਗੀਆਂ ਸੇਵਾਵਾਂ ਲਈ ਕਵਰਡ ਹੋ ਜਾਂ ਨਹੀਂ। ਤੇ ਜੇ ਇਹਨਾਂ ਚੀਜ਼ਾਂ ਲਈ ਕਵਰੇਜ ਨਾ ਹੋਵੇ, ਫਿਰ ਅਸੀਂ ਉਸ ਇਲਾਕੇ ਵਿੱਚ ਸਹਾਇਤਾ ਪ੍ਰਦਾਨ ਕਰਨ ਵਾਲੀਆਂ ਹੋਰ ਕੰਪਨੀਆਂ ਨਾਲ ਸੰਪਰਕ ਕਰਨ ਵਿੱਚ ਤੁਹਾਡੀ ਮਦਦ ਕਰਾਂਗੇ। ਜੇ ਦੂਸਰੀ ਗੱਡੀ ਦੇ ਡਰਾਈਵਰ ਦੀ ਗਲਤੀ ਹੋਵੇ ਅਤੇ ਉਸ ਕੋਲੋਂ ਸੱਟਾਂ ਦੇ ਬੰਦੇ ਮੁਆਵਜ਼ੇ ਲਈ ਪੂਰੀ ਇੰਸ਼ੋਰੈਂਸ ਨਾ ਹੋਵੇ ਤਾਂ ਕੀ ਹੁੰਦਾ ਹੈ? ਜੇ ਕਿਸੇ ਅੰਡਰ ਇੰਸ਼ੋਰਡ ਡਰਾਈਵਰ ਨਾਲ ਐਕਸੀਡੈਂਟ ਹੋ ਜਾਵੇ ਅਤੇ ਗਲਤੀ ਵੀ ਉਸੇ ਡਰਾਈਵਰ ਦੀ ਹੋਵੇ, ਤਾਂ ICBC ਬੇਸਿਕ ਆਟੋ ਪਲਾਨ ਕੈਨੇਡਾ ਜਾਂ US ਵਿੱਚ ਲਗਭਗ ਕਿਤੇ ਵੀ ਹੋਏ ਐਕਸੀਡੈਂਟ ਲਈ 1 ਮਿਲੀਅਨ ਤੱਕ ਦੀ ਕਵਰੇਜ ਦਿੰਦੀ ਹੈ। BC ਤੋਂ ਬਾਹਰ ਕੁਝ ਥਾਵਾਂ ਦੇ ਘੱਟੋ ਘੱਟ ਇੰਸ਼ੋਰੈਂਸ ਦੀਆਂ ਸ਼ਰਤਾਂ ਨਰਮ ਹਨ, ਇਸੇ ਲਈ ਵਾਧੂ ਆਪਸ਼ਨਲ ਇੰਸ਼ੋਰੈਂਸ ਜਿਵੇਂ ਕਿ ਐਕਸਿਸ ਅੰਡਰ ਇੰਸ਼ੋਰਡ ਮੋਟਰਸ ਪ੍ਰੋਟੈਕਸ਼ਨ ਕਰਵਾਉਣੀ ਇੱਕ ਚੰਗਾ ਵਿਚਾਰ ਹੋ ਸਕਦਾ ਹੈ। ਗੰਭੀਰ ਸਰੀਰਕ ਸੱਟਾਂ ਲੱਗਣ 'ਤੇ ਇਹ 2 ਮਹੀਨੇ ਤੱਕ ਦੀ ਕਵਰੇਜ ਦਿੰਦੀ ਹੈ। ਜੇ ਯਾਤਰਾ ਕੰਮ ਦੇ ਸਿਲਸਿਲੇ ਵਿੱਚ ਹੋਵੇ ਤਾਂ ਕੀ ਹੁੰਦਾ ਹੈ? ਅਜਿਹੇ ਕੇਸ ਵਿੱਚ ਆਪਣੇ ICBC ਆਟੋ ਪਲਾਨ ਬ੍ਰੋਕਰ ਦੀ ਸਲਾਹ ਲਵੋ ਅਤੇ ਪੱਕਾ ਕਰੋ ਕਿ ਇੰਸ਼ੋਰੈਂਸ ਦੀ ਰੇਟਿੰਗ ਸਹੀ ਹੋਵੇ। ਅਮਰੀਕਾ ਵਿੱਚ ਸਫ਼ਰ ਕਰਦੇ ਸਮੇਂ ਕਿਹੜੀਆਂ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ? ਅਮਰੀਕਾ ਦਾ ਕਾਨੂੰਨੀ ਸਿਸਟਮ ਕੈਨੇਡਾ ਨਾਲੋਂ ਵੱਖਰਾ ਹੋਣ ਕਾਰਨ ਕਲੇਮਸ ਦਾ ਵੱਧ ਖਰਚਾ ਹੋ ਸਕਦਾ ਹੈ। ਤੁਹਾਨੂੰ ਆਪਣੀ ਥਰਡ ਪਾਰਟੀ ਲਾਇਬਿਲਿਟੀ ਕਵਰੇਜ ਵੇਖ ਲੈਣੀ ਚਾਹੀਦੀ ਹੈ, ਤਾਂ ਕਿ ਜੇ ਤੁਹਾਡੀ ਗਲਤੀ ਕਾਰਨ ਕੋਈ ਐਕਸੀਡੈਂਟ ਹੋ ਜਾਵੇ, ਕਿਸੇ ਦੇ ਪ੍ਰਾਪਰਟੀ ਕਾਰ ਦਾ ਨੁਕਸਾਨ ਹੋ ਜਾਵੇ ਜਾਂ ਜੇ ਕੋਈ ਜ਼ਖਮੀ ਹੋ ਜਾਵੇ, ਤਾਂ ਤੁਹਾਡੇ ਕੋਲ ਲੋੜੀਂਦੀ ਕਵਰੇਜ ਹੋਵੇ। ਟ੍ਰਿਪ 'ਤੇ ਜਾਣ ਤੋਂ ਪਹਿਲਾਂ ਕੋਈ ਹੋਰ ਟਿਪਸ? ਆਪਣੇ ਡਰਾਈਵਰ ਲਾਇਸੈਂਸ ਅਤੇ ਇੰਸ਼ੋਰੈਂਸ ਦੀ ਐਕਸਪਾਇਰੀ ਡੇਟ ਚੈੱਕ ਕਰੋ। ਹੋ ਸਕਦਾ ਹੈ ਕਿ ਜਾਣ ਤੋਂ ਪਹਿਲਾਂ ਇਹਨਾਂ ਦੋਹਾਂ ਨੂੰ ਰੀਨਿਊ ਕਰਵਾਉਣਾ ਪਵੇ। ਕਮਨ ਜਾਣ ਤੋਂ ਪਹਿਲਾਂ ਆਪਣੇ ਆਟੋ ਪਲਾਨ ਬ੍ਰੋਕਰ ਤੋਂ ਆਪਣੇ ਲਈ ਸਹੀ ਸਲਾਹ ਹਾਸਲ ਕਰੋ। ਸ਼ੁਕਰੀਆ ਜੀ, ਇਸ ਨਾਲ ਕਾਫੀ ਗੱਲਾਂ ਸਮਝ ਵਿੱਚ ਆ ਗਈਆਂ ਹਨ। ਯੂਅਰ ਵੈਲਕਮ। ਯਾਦ ਰੱਖੋ, ਜੇਕਰ ਤੁਹਾਨੂੰ ਲੋੜ ਹੋਵੇ, ਅਸੀਂ ਤੁਹਾਡੀ ਮਦਦ ਲਈ ਹਾਜ਼ਰ ਹਾਂ।